ਓ ਤੋਬਾ ਇਥੇ ਕੰਮ ਕਰਦਾ ਕੁਰਸੀ ਤੋਂ ਇਹਨੇ ਨੇ ਬਾਹਰ ਨੇ ਜੀ ਇਹ ਕੀ ਆ ਤੁਸੀਂ ਆਪੇ ਗਿਆ ਪਹਿਲੇ ਪਲੇਟ ਲੈ ਗਿਆ ਪਲੇਟ ਦਾ ਮਤਲਬ ਹੁੰਦਾ ਫੁੱਲ ਪਲੇਟ ਫੁੱਲ ਆ ਫੁੱਲ ਹੀ ਹੈ ਮੈਂ ਤੋੜ ਕੇ ਲਿਆਂਦੀ ਤੇ ਇੰਜ ਵੇਖਣ ਦੇ ਨੇ ਇੰਜ ਵੇਖਿਆ ਕਣਕ ਵਾਲਾ ਭੜੋਲਾ ਪਿਆ ਇਹ ਬੰਦਾ ਯਾਰ ਭਾਜੀ ਠੀਕ ਹੋ ਕੋਈ ਆਰਡਰ ਲੈਣ ਵਾਲਾ ਜੀ ਉਸਤਾਦ ਜੀ ਆਰਡਰ ਲਓ ਅੱਛਾ ਜੀ ਅਸਲਾਮ ਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਆਵੇ ਬੂਟਾ ਹਾਂਜੀ ਆਏ ਬੂਟਾ ਕਿਵੇਂ ਪਲੇਟ ਲਾਈ ਆ ਵੀਰੇ ਇਹ ਦਰਖਤ ਹੈ ਕੁਰਸੀ ਤੋਂ ਇਹਨੇ ਇਹਨੇ ਬਾਹਰ ਨੇ ਜੀ ਤੇ ਤੁਸੀਂ ਵੱਡੀਆਂ ਰੱਖ ਲੈਣੀਆਂ ਸਨ ਇੱਥੇ ਮੈਂ ਤੁਹਾਨੂੰ ਕਿਹਾ ਸੀ ਕਿ ਨਿੱਕੀਆਂ ਰੱਖੋ ਟੇਬਲ ਨੂੰ ਢੋਲ ਲਵਾ ਦਈਏ ਹੁਣ ਤੁਹਾਨੂੰ ਟੇਬਲ ਨੂੰ ਢੋਲ ਲਵਾ ਦਈਏ ਇੱਥੇ ਸਾਰੇ ਗਾਹਕ ਇੱਥੇ ਹੀ ਬਹਿੰਦੇ ਨੇ ਤੁਹਾਡੇ ਲਈ ਵੱਡੀ ਕੁਰਸੀ ਕਿੱਥੋਂ ਲੈ ਆਈ ਹੈ ਗੋਲਗੱਪੇ ਹਨ ਨਹੀਂ ਆ ਹੋਰ ਅਸੀਂ ਅਲੰਡੇ ਦੀਆਂ ਫਰਾਕਾਂ ਲਾਈਆਂ ਆ ਗੋਲਗੱਪੇ ਨਜ਼ਰ ਨਹੀਂ ਆਉਂਦੇ ਤੁਹਾਨੂੰ ਲੋਕਾਂ ਕੋਲ ਡਿਫਰੈਂਟ ਹੁੰਦਾ ਨਾ ਦਹੀਂ ਭੱਲੇ ਵੀ ਹੁੰਦੇ ਨੇ ਫਰੂਟ ਚਾਟ ਵੀ ਹੁੰਦਾ ਨਾਲ ਗੋਲਗੱਪੇ ਵੀ ਲਾਈ ਹੁੰਦਾ ਆ ਸਾਰਾ ਕੁਝ ਹੈਗਾ ਤੁਸੀਂ ਕੀ ਖਾਣਾ ਦੱਸੋ ਗੋਲਗੱਪੇ ਦਿਓ ਗੋਲਗੱਪੇ ਪਲੇਟ ਹੈ ਵੱਡੀ ਪਲੇਟ ਛੋਟੀ ਪਲੇਟ ਵੱਡੀ ਪਲੇਟ ਕਿੰਨੇ ਦੇ ਸਤਾ ਜੀ 200 ਰੁਪਏ ਦੀ ਵੱਡੀ ਪਲੇਟ ਜੀ ਤੇ ਤੁਸੀਂ ਵੱਡੀ ਪਰਾਤ ਲਵਾ ਲਓ ਸਾਰਿਆਂ ਜੀ ਖੱਟਾ ਪਵਾ ਦਿਆਂ ਇੱਕ ਪਲੇਟ ਲਵਾ ਮੇਰਾ ਭਰਾ ਇੱਕ ਪਲੇਟ ਹਾਂ ਤੁਸੀਂ ਖਾਣੀ ਜੀ ਮੈਂ ਖਾਣੀ ਨਹੀਂ ਤੇ ਇੱਕ ਪਲੇਟ ਨਾਲ ਕੀ ਬਣਨਾ ਇੰਨਾ ਕਿ ਤਾਂ ਗੋਲਗੱਪਾ ਹੁੰਦਾ ਜੀ ਨਹੀਂ ਮੈਂ ਰੋਟੀ ਖਾਧੀ ਮੈਂ ਸਿਰਫ ਗੋਲਗੱਪੇ ਵੈਸੇ ਦਿਲ ਜ਼ਰਾ ਕਰ ਰਿਹਾ ਸੀ ਖੱਟਾ ਪੀਟਾ ਖਾਣ ਦਾ ਰੋਟੀ ਖਾ ਕੇ ਆਏ ਹੋ ਹਾਂ ਰੋਟੀ ਖਾ ਗਿਆ ਕਿੰਨੀ ਯਾਰ ਨਾ ਤੇਰਾ ਕੋਈ ਲੈਣ ਦੇਣ ਹੀ ਕੋਈ ਨਹੀਂ ਹੈਗਾ ਮੈਂ ਖਾ ਗਿਆ ਬਸ ਨਹੀਂ ਕਿੰਨੀ ਖਾ ਗਿਆ ਮੈਂ ਵੀ ਉਹਦੇ ਹਿਸਾਬ ਨਾਲ ਗੋਲਗੱਪੇ ਦਵਾਂ ਨਾ ਤੁਹਾਨੂੰ ਰੱਜ ਕੇ ਖਾਧੀ ਬਸ ਰੱਜ ਕੇ ਖਾਧੀ ਹਾਂ ਰੱਜ ਕੇ ਖਾਧੀ ਤੇ ਫਿਰ ਗੋਲਗੱਪਿਆਂ ਦੀ ਜਗ੍ਹਾ ਹੈ ਹਾਂ ਇੰਨੀ ਕੁ ਮੈਂ ਜਗ੍ਹਾ ਰੱਖੀ ਮੈਂ ਸੋਚਿਆ ਸੀ ਰੋਟੀ ਖਾਣ ਤੋਂ ਪਹਿਲਾਂ ਦੇਣਾ ਕਿ ਮੈਂ ਖਾਣੀ ਅੱਛਾ ਤੇ ਲੈ ਆਓ ਇੱਕ ਪਲੇਟ ਲੈ ਆਓ ਠੀਕ ਹੈ ਜੀ ਤੇ ਰੋਟੀ ਘਰੋਂ ਖਾ ਕੇ ਆਏ ਜੀ ਕਿਸੇ ਕੋਲੋਂ ਯਾਰ ਮੇਰੀ ਬਾਹਰ ਦਾਵਤ ਸੀ ਤੇ ਮੈਂ ਉੱਥੇ ਰੋਟੀ ਖਾ ਕੇ ਆਇਆ ਦਾਵਤ ਤੋਂ ਰੱਜ ਸਕਦਾ ਤੁਹਾਡੇ ਵਰਗਾ ਬੰਦਾ ਘਰੋਂ ਕਿੱਥੇ ਰੱਜਣਾ ਜੀ ਮੇਰੇ ਯਾਰ ਨੇ ਮੇਰੀ ਦਾਵਤ ਕੀਤੀ ਸੀ ਤੇ ਉਹ ਹੁਣ ਜਿਉਂਦਾ ਜਾਂ ਕਰਜ਼ੇ ਥੱਲੇ ਆ ਕੇ ਫੌਤ ਹੋ ਗਿਆ ਜਿੰਨੀ ਦਾਵਤ ਤੁਹਾਡੀ ਕਰ ਬੈਠਾ ਬੰਦਾ ਕੋਈ ਆਮ ਬੰਦੇ ਦੀ ਰੋਟੀ ਤੇ ਨਹੀਂ ਤੁਹਾਡੀ ਨਾ ਜੀ ਮੈਂ ਕੀ ਡਾਇਨਾਸੌਰ ਹਾਂ ਜਾਂ ਮੈਂ ਕੀ ਗੋਡ ਜ਼ਿਲਾ ਹਾਂ ਕੀ ਡਾਇਨਾਸੌਰ ਤੇ ਤੁਹਾਡੇ ਅੱਗੇ ਬੱਚੇ ਲੱਗਦੇ ਮੈਂ ਲੈ ਗਿਆ ਨਾ ਜੀ ਇਹ ਕਿੰਨੀਆਂ ਪਲੇਟਾਂ ਲੈ ਆਵਾਂ ਜੀ ਪਹਿਲੇ ਇੱਕ ਤਾਂ ਲੈ ਗਿਆ ਨਾ ਪਹਿਲਾਂ ਜ਼ੈਕਾ ਚੈੱਕ ਕਰੀਏ ਕੀ ਹੈ ਪਹਿਲੇ ਇੱਕ ਪਲੇਟ ਅੱਛਾ ਭਾਅ ਜੀ ਵਿੱਚ ਮਿੱਠੀ ਚਟਣੀ ਪਾਉਣੀ ਮਿੱਠੀ ਚਟਣੀ ਪਾਉਣੀ ਅਲੈ ਤਾਂ ਲੈ ਆਵਾਂ ਜੀ ਵਿੱਚ ਹੀ ਪਾ ਲਿਓ ਨਹੀਂ ਵਿੱਚ ਹੀ ਪਾ ਲਿਓ ਅੱਛਾ ਤੇ ਚਨੇ ਵੀ ਪਾਣੇ ਭਾਅ ਜੀ ਹਾਂ ਹਾਂ ਚਨੇ ਵੀ ਪਾਣੇ ਵਿੱਚ ਚਨੇ ਵੀ ਪਾਣੇ ਤੇ ਭਾਅ ਜੀ ਆਲੂ ਵਗੈਰਾ ਵਿੱਚ ਪਾਣੇ ਮਿਕਸ ਹੁੰਦਾ ਨਾ ਤੁਹਾਡੇ ਕੋਲ ਆਲੂ ਛੋਲੇ ਮਿਕਸ ਹਾਂ ਜੀ ਹਾਂ ਸਾਰੇ ਵਿੱਚ ਸਾਰੇ ਪਾ ਲਿਓ ਸਾਰੇ ਤੇ ਆਲੂ ਛੋਲੇ ਲੈ ਤਾਂ ਲੈ ਉਹਨੇ ਕਿ ਵਿੱਚ ਪਾ ਲਿਓ ਵਿੱਚ ਪਾਣੇ ਨੇ ਅੱਛਾ ਤੇ ਤੁਸੀਂ ਆਪ ਨਹੀਂ ਚਮਚੀ ਨਾ ਪਾ ਲੋਗੇ ਕੀ ਗੱਲ ਹੈ ਤੁਹਾਡਾ ਕਾਰੀਗਰ ਟੁੰਡਾ ਉਹਦੇ ਕੋਲ ਨਹੀਂ ਪਾਏ ਜਾਂਦੇ ਟੁੰਡਾ ਕਿਉਂ ਉਹਨੇ ਤੁਹਾਡੇ ਮੂੰਹ ਤੇ ਇੰਜ ਕੀਤਾ ਉਹਨੂੰ ਕਹਿ ਪਾ ਦੇ ਪੂਰੇ ਤਿਆਰ ਕਰਕੇ ਮਿੱਠੀ ਚਟਣੀ ਪਾ ਪੂ ਕੇ ਲਿਆਵੇ ਤਿਆਰ ਕਰਕੇ ਜੀ ਗੋਲਗੱਪਿਆਂ ਨੂੰ ਸੂਟ ਪੈਂਟ ਕੋਟ ਪਵਾ ਕੇ ਨਾ ਤਿਆਰ ਕਰਕੇ ਇਹਨਾਂ ਨੂੰ ਦਿਓ ਓ ਤਿਆਰ ਕਰਕੇ ਕੀ ਗੋਲਗੱਪੇ ਨੇ ਕਿ ਦੁੱਲਾ ਜਿਹੜਾ ਤਿਆਰ ਕਰਕੇ ਲਿਆ ਤਿਆਰ ਕਰਨ ਦਾ ਮਕਸਦ ਇਹ ਵਾ ਕਿ ਉਹਦੇ ਵਿੱਚ ਪਾ ਨਾ ਉਹ ਚਟਣੀ ਮਿੱਠੀ ਤੇ ਜਿਹੜੀ ਉਹ ਦਹੀਂ ਸਹੀ ਇਹ ਪਾਉਂਦੇ ਸਾਰਾ ਕੁਝ ਅੱਛਾ ਤੁਹਾਡੀ ਐਨ ਕੇ ਮੈਂ ਕਿਹਾ ਹੋਰ ਬੰਦਾ ਬੈਠਾ ਮੈਂ ਲੈ ਕੇ ਨਾ ਅੱਛਾ ਮਿੱਠੀ ਚਟਣੀ ਵੀ ਪਾਣੀ ਜੀ ਇੱਕ ਪਲੇਟ ਪਹਿਲੇ ਲੈ ਆਓ ਅੱਛਾ ਜੀ ਮੈਂ ਲੈ ਕੇ ਆਇਆ ਜੀ ਲੈ ਆਓ ਹਾਂ ਯਾਰ ਹੈਲੋ ਭਾਅ ਜੀ ਇਹ ਕੀ ਆ ਤੁਸੀਂ ਆਪੇ ਗਿਆ ਪਹਿਲੇ ਪਲੇਟ ਲੈ ਗਿਆ ਪਲੇਟ ਦਾ ਮਤਲਬ ਹੁੰਦਾ ਫੁੱਲ ਪਲੇਟ ਫੁੱਲ ਆ ਫੁੱਲ ਹੀ ਹੈ ਮੈਂ ਤੋੜ ਕੇ ਲਿਆਂਦੀ ਯਾਰ ਫੁੱਲ ਪਲੇਟ ਮਤਲਬ ਭਰਿਆ ਇਹ ਗੋਲ ਗੱਪੇ ਵਿੱਚ ਰੱਖ ਕੇ ਅੱਛਾ ਗੋਲ ਗੱਪੇ ਵੀ ਵਿੱਚ ਹੋਰ ਖਾਲੀ ਪਲੇਟ ਤੇ ਮੈਂ ਕੀ ਤਬਲਾ ਜਾਣਾ ਇਹ ਕਹੋ ਨਾ ਵੀ ਗੋਲ ਗੱਪੇ ਵੀ ਵਿੱਚ ਲਿਆ ਸਾਫ ਕਰ ਗਿਆ ਜੀ ਪੂਰੀ ਲੈ ਜੀ ਗੋਲ ਗੱਪੇ ਸਾਜ ਦਿਓ ਜੀ
ਪਤਾ ਨਹੀਂ ਕਿੱਥੋਂ ਟਕਰ ਗਿਆ ਯਾਰ ਇਹ ਬੰਦਾ। ਇਹ ਮੇਰੀ ਲੈ ਕੇ ਆਇਆ ਕਿ ਆਪਣੀ ਲੈ ਕੇ ਆਇਆ? ਤੁਹਾਡੇ ਲਈ। ਤੁਹਾਡੇ ਲਈ ਤੇ ਫਿਰ ਮੈਂ ਖਾਵਾਂਗਾ, ਤੂੰ ਵਿੱਚ ਕਿਉਂ ਖਾਣ ਡਿਆ? ਮੇਰਾ ਮਾਸੀ ਦਾ ਮੁੰਡਾ। ਮੈਂ ਕਿਹਾ ਪਤਾ ਨਹੀਂ ਮੈਂ ਵੀ ਨਾਲ। ਭਾਜੀ ਇਹ ਇੱਕ ਨੇ ਖਾਧਾ ਜੀ, ਉਹਦੇ ਪੈਸੇ ਮੈਂ ਨਹੀਂ ਜੀ ਦੇਣੇ। ਆ ਜਿਹੜਾ ਭਾਜੀ ਇੱਕ ਮੈਂ ਖਾਧਾ ਸੀ ਨਾ, ਉਹ ਤੁਸੀਂ ਲੈ ਲਓ। ਗੋਲ ਗੱਪਾ ਅੰਦਰ ਗੁਆਚ ਗਿਆ ਹੋਣਾ ਹੈ ਨਾ, ਤੂੰ ਐਲਾਨ ਕਰਾ ਲੈ ਮਸੀਤ ਜਾ ਕੇ ਕਿ ਸਾਡਾ ਗੋਲ ਗੱਪਾ ਗੁਆਚ ਗਿਆ। ਖਾ ਲੈਂਦੇ ਯਾਰ, ਕੀ ਹੋ ਗਈ ਹਜ਼ਰਾਤ? ਇੱਕ ਗੋਲ ਗੱਪਾ ਗੁੰਮ ਗਿਆ ਹੈ, ਜਿਸਮੇ ਆਲੂ ਵੀ ਤੇ ਪਿਆਜ਼ ਵੀ ਤਾ, ਦਹੀਂ ਵੀ ਤਾ, ਔਰ ਇੱਕ ਫਾਟਕ ਦੇ ਅੰਦਰ ਡਿੱਗਾ ਤੇ ਬਾਹਰੋਂ ਬੰਦ ਹੋ ਗਿਆ ਤੇ ਅੰਦਰ ਪਤਾ ਨਹੀਂ ਕਿੱਥੇ ਗਿਆ। ਉਮਰ ਕਿੰਨੀ ਆ? ਜੁੱਤੀ ਪਾਈ ਕਿ ਨਹੀਂ ਪਾਈ ਆ? ਕੱਛਾ ਪਾਇਆ? ਕਿਹੜੇ ਰੰਗ ਦਾ ਪਾਇਆ ਵਾ? ਨੀਲੇ ਰੰਗ ਦੀ ਕਮੀਜ਼ ਪਾਈ ਸੀ ਤੇ ਖਾਣ ਵਾਲੇ ਦਾ ਪਤਾ ਨਹੀਂ। ਆਹਾ, ਸਵਾਦ ਆ ਗਿਆ, ਸਵਾਦ ਆ ਗਿਆ। ਲਿਓ ਕੱਢੋ ਪੈਸੇ। ਪੈਸੇ ਤਾਂ ਮੈਂ ਦੇਣਾ, ਮੈਨੂੰ ਖਾਦ ਲੈਣ ਦੇ ਪਹਿਲੇ ਪੂਰਾ ਖਾ ਕੇ ਫਿਰ ਐਂਡ 'ਚ ਪੈਸੇ ਦਿਆਂਗਾ ਨਾ, ਕੀ ਹੋ ਗਿਆ? ਮੈਂ ਕਿਹਾ ਕਹਿੰਦੇ ਸਵਾਦ ਆ ਗਿਆ, ਬਸ ਲੈ ਜਾ। ਜ਼ਰਾ ਤਮੀਜ਼ ਨਹੀਂ ਖਾਈ ਕਾਕਾ ਨਾਲ, ਕਿਵੇਂ ਪੇਸ਼ ਆਣਾ? ਸਾ ਜੀ ਇਹ ਬੰਦਾ ਕਿਉਂ, ਸਾਰੀ ਰੇਹੜੀ ਖਾ ਜਾਣੀ ਇਹਨੇ, ਹੋਰ ਵੀ ਗਾਹਕ ਆਉਣੇ ਨੇ ਸਾਡੇ। ਚੰਗਾ ਲੈਕਾ ਵਾ, ਹੁਣ ਲੈ ਗਿਆ ਗੋਲ ਗੱਪੇ ਪਲੇਟ ਲੈ ਗਿਆ ਪੂਰੀ। ਹੋਰ ਜੀ ਭਾਜੀ, ਤੁਸੀਂ ਅੰਦਰੋਂ ਪਾਟੇ ਤੇ ਨਹੀਂ? ਕੀ ਮਤਲਬ ਤੇਰਾ? ਨਹੀਂ ਨਹੀਂ ਮੈਂ ਲੈ ਕੇ ਆ ਰਿਹਾ ਜੀ। ਖੱਟਾ ਪਾਣੀ ਵਿੱਚ ਮਿੱਠਾ ਮਿਕਸ ਕਰਾ ਲਈ ਯਾਰ, ਸਾਰੇ ਮਿੱਠਾ ਹੀ ਪਾ ਵਿੱਚ। ਮਿੱਠਾ ਪਾਇਆ? ਮੈਂ ਤੇਰਾ ਝੂਠਾ ਕਿਉਂ ਪੀਆ? ਨਹੀਂ ਮਿੱਠਾ ਪਾਇਆ ਕਿਉਂ ਪੀਆ? ਨਹੀਂ ਭਾਜੀ ਮੈਂ ਵੇਖਿਆ ਮਿੱਠਾ ਪਾਇਆ ਕਿ ਨਹੀਂ ਪਾਇਆ। ਯਾਰ ਤੂੰ ਮੇਰੀ ਮਸ਼ੂਕ ਆ ਨਾ, ਤੂੰ ਚੈੱਕ ਕਰਨਾ ਮਿੱਠਾ ਪਾਇਆ ਕਿ ਨਹੀਂ ਪਾਇਆ। ਤੇਰੀ ਮਸ਼ੂਕ ਤੇ ਕੋਈ ਟਾਲੀ ਹੋਣੀ। ਹਾਂ ਮਸ਼ੂਕ ਤੁਹਾਨੂੰ ਕਿੱਥੇ ਮਿਲ ਸਕਦੀ ਭਾਜੀ? ਇਹਨੂੰ ਝੂਠਾ ਕਿਉਂ ਕੀਤਾ ਯਾਰ ਤੂੰ? ਝੂਠਾ ਤਾਂ ਨਹੀਂ, ਉਂਝ ਮਿੱਠਾ ਵੇਖਿਆ ਭਾਜੀ, ਜ਼ਿਆਦਾ ਸੀ। ਕੋਈ ਨਹੀਂ ਮੁਸਲਮਾਨ ਹੈਗੇ ਇਹ 'ਚ ਕਿਹੜੀ ਗੱਲ ਹੈ ਯਾਰ। ਹੁਣ ਤੁਸੀਂ ਡਰਨ ਲੱਗ ਪਏ ਹੋ। ਪਹਿਲਾਂ ਦੌਰ ਹੁੰਦਾ ਸੀ ਸਿਨੇਮਿਆਂ 'ਚ, ਜਾ ਕੇ ਤੁਸੀਂ ਵੇਖਦੇ ਸੀ, ਇੱਕੋ ਡਰਮੀ ਹੁੰਦੀ ਸੀ, ਇੱਕ ਗਲਾਸ ਬੰਨਿਆ, ਉਹ 'ਚ ਸਾਰੇ ਪਾਣੀ ਪੀ ਪੀ ਜਾਣ ਡੇ ਸਨ, ਨਾ ਕਿਸੇ ਨੂੰ ਕਰੋਨਾ ਹੁੰਦਾ ਸੀ ਨਾ ਕਿਸੇ ਨੂੰ। ਇਹ ਤੁਹਾਡੇ ਅਮਲ ਨਹੀਂ ਠੀਕ ਹੈਗੇ, ਤੁਸੀਂ ਇੱਕ ਦੂਜੇ ਨੂੰ ਸਮਝਣ ਲੱਗ ਪਏ ਝੂਠਾ ਦੇ ਇੱਧਰ। ਓਏ ਤੁਸੀਂ ਭਾਜੀ ਇੱਧਰ ਆ ਜਾਓ, ਰਿਛ ਪਾਇਆ ਸੀ ਉੱਧਰ, ਹੋ ਜਾਓ ਸਾਈਡ ਯਾਰ, ਮਾਰਕੀਟ ਦੇ ਵਿੱਚ ਹੈਗਾ ਰਿਛ ਪਾਇਆ ਦਾ। ਹਾਂ ਹਾਥੀ ਦਾ ਬੱਚਾ ਗੋਲ ਗੱਪੇ ਖਾਣ ਆਇਆ ਉਹ ਭਾਜੀ, ਇੰਜ ਵੇਖਣ ਡਏ ਨੇ, ਇੰਜ ਉਹ ਉਹਨੇ ਭਾਵੇਂ ਇਹੋ ਜਿਹਾ ਸੋਚਿਆ ਵੀ ਕੁਝ ਨਾ ਹੋਵੇ, ਇੰਜ ਵੇਖਣ ਦੇ ਨੇ। ਇੰਜ ਵੇਖਿਆ ਕਣਕ ਵਾਲਾ ਭੜੋਲਾ ਪਿਆ ਇਹ ਬੰਦਾ ਉਹ ਭਾਜੀ ਕੀ ਮਸਲਾ ਹੈਗਾ? ਉਹ ਇੰਜ ਵੇਖਣ ਡਏ ਨੇ ਤੈਨੂੰ। ਕਿੰਜ ਵੇਖਣ ਡਿਆ? ਤੂੰ ਉਂਝ ਵੇਖਣ ਡਿਆ? ਨਹੀਂ ਵੇਖਣ ਡਿਆ ਤੈਨੂੰ, ਐਵੇਂ ਹੀ ਖੁਰਾਫਾਤੀ ਤਰ੍ਹਾਂ ਦੇਣ ਹੈਗਾ ਕਿ ਤੈਨੂੰ ਵੇਖਣ ਡਿਆ ਮੈਨੂੰ, ਉਹ ਤੈਨੂੰ ਵਿਹਲਾ ਡਿਆ ਮੈਨੂੰ ਵੇਖਣ ਡਿਆ ਵਾ। ਉਹਦੇ ਪਿੱਛੇ ਤੁਹਾਡੇ ਪਿੰਡ ਤੇ ਲਿਖਣ ਲੱਗਾ ਜਾਂ ਇਸ਼ਤਿਹਾਰ ਲਗਾਉਣਾ ਮਨਾ ਹੈ, ਕੰਧ ਸਮਝ ਰਿਹਾ ਸੀ ਤੁਹਾਨੂੰ। ਕੌਣ ਹੈਗਾ ਵਾ ਯਾਰ? ਕਹੋ ਭਾਜੀ ਦੱਸੋ। ਹੋਰ ਲੈ ਗਿਆ? ਹਾਂਜੀ ਹੋਰ ਲੈ ਗਿਆ। ਸੁਣਦਾ ਨਹੀਂ ਜੋ ਬਸ ਉਸਤਾਦ ਜੀ, ਹੋਰ ਤਾਂ ਮੈਂ ਤੁਹਾਨੂੰ ਕਿਹਾ ਨਾ ਇਹਨੇ ਸਾਰੇ ਮੁਕਾ ਦੇਣੇ ਸਾਡੇ ਗਾਹਕ, ਬਾਕੀ ਰੋਂਦੇ ਹੀ ਰਹਿਣੇ ਨੇ। ਰੱਖ, ਮੈਂ ਨਾ ਪੜ੍ਹਿਆ ਲਿਖਿਆ ਬਹੁਤਾ ਨਹੀਂ ਹੈਗਾ ਅਤੇ ਮੈਨੂੰ ਯਾਦ ਨਹੀਂ ਮੈਂ ਕਿੰਨੇ ਖਾਧੇ। ਮੈਨੂੰ ਯਾਦ ਹੈ ਜੀ, ਸਾਡੀ ਰੇਹੜੀ ਦਾ ਕਲੇਜਾ ਕੱਢ ਲਿਆ ਤੁਸੀਂ, ਮੈਨੂੰ ਯਾਦ ਹੈ। ਇਹ ਅੱਠਵੀਂ ਪਲੇਟ ਹੈ ਤੁਹਾਡੀ? ਅੱਠਵੀਂ ਪਲੇਟ ਆ, ਇੱਥੇ ਹੋਰ ਕੋਈ ਕੰਮ ਕਰ ਲੈ ਹਾਂ ਤੂੰ, ਕਿ ਤੈਨੂੰ ਇੰਨੀਆਂ ਜੁਗਤਾਂ ਆਉਂਦੀਆਂ, ਜਾ ਮੇਰਾ ਭਰਾ ਕੇ ਡਰਾਮੇ ਡਰੂਮੇ ਕੰਮ ਕਰ। ਤੁਸੀਂ ਕੋਈ ਕੁਰਸੀ ਖਾ ਲਓ ਨਾਲ, ਤੁਹਾਡਾ ਢਿੱਡ ਭਰੇ। ਯਾਰ ਮੈਂ ਕੁਰਸੀ ਖਾਵਾਂ, ਟੇਬਲ ਖਾਵਾਂ, ਮਿੱਟੀ ਖਾਵਾਂ, ਤੈਨੂੰ ਇਹਦੇ ਕੀ ਜੁਰਮਾਨਾ? ਮੈਂ ਤੇਰਾ ਕੀ ਲੱਗਣਾ ਵਾ? ਮਿੱਟੀ ਠੀਕ ਹੈ, ਮਿੱਟੀ ਨਾਲ ਤੁਹਾਡਾ ਢਿੱਡ ਭਰ ਜਾਏਗਾ। ਮਸਾਲ ਦਿੱਤੀ ਬੋਂਗਿਆ, ਮਸਾਲ ਦਿੱਤੀ ਖਾਲੀ, ਮਿੱਟੀ ਖਾ ਲੈ, ਜਾਣਨਾ ਹੈ ਮੈਂ ਕੌਣ? ਅਜੇ ਰੱਜ ਕੇ ਆਏ ਸੀ ਤੁਸੀਂ, ਹੈ ਨਾ? ਇਹ ਹਾਜ਼ਮੇਦਾਰ ਪਾਣੀ ਹੁੰਦਾ ਵਾ ਤੇ ਤੁਹਾਨੂੰ ਪਤਾ, ਮੈਂ ਅੱਗੇ ਹਲੇ ਹੋਰ ਦਾਵਤ ਵੀ ਜਾਣਾ। ਹਾਂਜੀ ਹਾਂ, ਤਾਂ ਦੇ ਖੱਟਾ ਪਾਣੀ ਪੀਣ ਦਿਆਂ ਨਾਲ ਨਾਲ। ਤੁਹਾਡੇ ਅੰਦਰ ਕੋਈ ਜੰਗ ਲੱਗੀ? ਉਹਨਾਂ ਨੂੰ ਵੀ ਉੱਥੇ ਪਾਣੀ ਸ਼ਾਰਟ ਹੋ ਗਿਆ ਜੀ, ਪਾਣੀ ਹਾਰਡ ਹੋ ਗਿਆ। ਇਹ ਨਾ ਟੋਪੀ ਲਾ ਤੈਨੂੰ ਹਵਾ ਹੋਵੇ,
ਤੁਸੀਂ ਵੀ ਕਮੀਜ਼ ਚੁੱਕੋ ਤੁਹਾਡਾ ਢਿੱਡ ਕਲੀਅਰ ਹੋਵੇ ਯਾਰ ਮੈਂ ਨਾ ਇੱਕ ਮਿਸਾਲ ਦਿੰਦਾ ਤਾਂ ਤੂੰ ਤਾਂ ਅਗਲੇ ਬੰਦੇ ਨਾਲ ਲਾਹ ਪਾ ਕੇ ਹੱਥ ਬੜਾ ਦਿੰਦਾ ਜ਼ਰਾ ਤਮੀਜ਼ ਹੁੰਦੀ ਤਾਂ ਬੰਦਾ ਗਾਹਕ ਆਇਆ ਕੋਈ ਤਰੀਕਾ ਹੁੰਦਾ ਗੱਲ ਕਰਨ ਦਾ ਗਾਹਕ ਚੱਜ ਦਾ ਆਵੇ ਕੋਈ ਜਿੰਨ ਟਾਈਪ ਗਾਹਕ ਆ ਗਿਆ ਕਿਸੇ ਲਿਖ ਕੇ ਲਾ ਕੇ ਜੱਜ ਦਾ ਗਾਹਕ ਆਵੇ ਖੜਾ ਲੈ ਗਿਆ ਭਾਜੀ ਚਾਟੀ ਨੂੰ ਪੈਪ ਲਵਾ ਦਾ ਯਾਰ ਹੁਣ ਨਹੀਂ ਹੁੰਦਾ ਹਾਲੇ ਲੰਘਦਾ ਤਾਂ ਮੈਂ ਕੀ ਕਰਾਂ ਹੈਲੋ ਭਾਜੀ ਉਸਤਾਦ ਜੀ ਪੈਸੇ ਵੀ ਦੇ ਦੇਗਾ ਕਿ ਨਹੀਂ ਪੈਸੇ ਤਾਂ ਦੇ ਕੇ ਜਾਏਗਾ ਤਾਂ ਮੈਂ ਢਿੱਡ ਵੀ ਪਾੜ ਦੇਣਾ ਇਹਦਾ ਜਿੱਥੋਂ ਖਾਣ ਡਿਆ ਹੋਰ ਇਹ ਹੋਈ ਨਾ ਗੱਲ ਹੋਰ ਲਿਆ ਹੋਰ ਲੈ ਗਿਆ ਇੱਕ ਪਲੇਟ ਬਾਈ ਹਾਂਜੀ ਇੱਕ ਹੋਰ ਲੈ ਗਿਆ ਹੈਲੋ ਭਾਅ ਜੀ ਇਹ ਦੋ ਪਲੇਟਾਂ ਮੈਨੂੰ ਵੀ ਬਣਾ ਦਿਓ ਹੁਣ ਖਾ ਖਾ ਹੁਣ ਖਾ ਸਾਰਾ ਖਾ ਹੁਣ ਯਾਰ ਪੈਸੇ ਦੇ ਕੇ ਖਾਣਾ ਖਾਂ ਪੈਸੇ ਕੱਢ ਕੱਢ ਪੈਸੇ ਸਾਰੀ ਦੁਕਾਨ ਦੇ ਪੈਸੇ ਕੱਢ ਟਿਸ਼ੂ ਦੇ ਪੈਸੇ ਦੇ ਆ ਪੈਸੇ ਦੇ ਮੈਂ ਟਿਸ਼ੂ ਟਿਸ਼ੂ ਹੈ ਇੰਨਾ ਸਾਫ਼ ਕਰ ਕੀ ਹੋ ਗਿਆ ਉਹ ਟਿਸ਼ੂ ਤੇਰਾ ਮਾਲਕ ਲੈ ਗਿਆ ਇੰਨਾ ਸਾਫ਼ ਕਰ ਨਹੀਂ ਹੈਗਾ ਟਿਸ਼ੂ ਹੈ ਨਹੀਂ ਚੱਲ ਪੈਸੇ 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 ਕੀ ਹੁੰਦਾ ਪੈਸਾ ਆਧਾ ਮੈਲ ਆ ਆਧਾ ਮੈਲ ਆ ਮੈਲ ਤੋਂ ਆਇਆ ਕਿਤੇ ਉਹ ਮੈਂ ਜਲਦੀ ਨਹੀਂ ਗਿਆ ਮੈਂ ਬਟੂਆ ਘਰ ਰਹਿ ਗਿਆ ਬਟੂਆ ਘਰ ਰਹਿ ਗਿਆ ਹੁਣ ਤੂੰ ਪੁੱਤਰ ਇੱਥੇ ਵੀ ਘਰ ਨਹੀਂ ਰਹਿ ਗਿਆ ਇੱਥੇ ਵੀ ਘਰ